ਡਾਕਟਰ ਅਜੈਬ ਸਿੰਘ ਜੀ ਬਠੋਈ, ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ। ਉਹਨਾਂ ਤੋਂ ਬਾਅਦ ਚਮਕੌਰ ਸਿੰਘ ਜੀ ਤਿਆਰ ਰਹਿਣ। ਸੰਯੁਕਤ ਮੋਰਚੇ ਦੇ ਮੰਚ 'ਤੇ ਬੈਠੇ ਅਹੁਦੇਦਾਰ ਸਾਹਿਬਾਨ ਔਰ ਪੰਡਾਲ ਦੇ ਵਿੱਚ ਬੈਠੇ ਮੇਰੇ ਬਜ਼ੁਰਗ, ਮੇਰੀ ਮਾਤਾਵਾਂ, ਮੇਰੇ ਨੌਜਵਾਨ ਸਾਥੀਓ, ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਮੈਂ ਸਭ ਤੋਂ ਪਹਿਲਾਂ ਪੂਰੇ ਦੇਸ਼ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦੇਣਾ। ਔਰ ਜੋ ਉਹਨਾਂ ਦਾ ਸੁਪਨਾ ਸੀ, ਅਸੀਂ ਉਹ ਪੂਰਾ ਕਰ ਸਕੀਏ, ਕਿਉਂਕਿ ਉਹਨਾਂ ਦਾ ਸੁਪਨਾ ਬਹੁਤ ਵੱਡਾ ਸੀ, ਅਸੀਂ ਭੁੱਲ ਚੁੱਕੇ ਹਾਂ। ਜਿੱਦਣ ਅਸੀਂ ਉਹਨਾਂ ਦਾ ਸੁਪਨਾ ਪੂਰਾ ਕਰ ਦਿੱਤਾ, ਇਸ ਦੇਸ਼ ਦੇ ਵਿੱਚ ਗਰੀਬੀ ਖਤਮ ਹੋ ਜਾਣੀ ਹੈ, ਇਹ ਅਮੈਰੀਕਾ, ਕੈਨੇਡਾ, ਇੰਗਲੈਂਡ ਤੋਂ ਅੱਗੇ ਲੰਘ ਜਾਣਾ ਹੈ, ਕਿਉਂਕਿ ਅੱਜ ਤੱਕ ਅਸੀਂ ਉਹਨਾਂ ਦਾ ਸੁਪਨਾ ਨਹੀਂ ਪੂਰਾ ਕੀਤਾ। ਅੱਜ ਮੋਦੀ ਸਰਕਾਰ, ਸੈਂਟਰ ਦੀ ਸਰਕਾਰ ਸਾਡੇ ਮਜ਼ਦੂਰ, ਦਿਹਾੜੀਦਾਰ, ਨਰੇਗਾ ਵਰਕਰਾਂ ਦੇ ਬਹੁਤ ਹਮਦਰਦੀ ਪ੍ਰਗਟਾ ਰਹੀ ਹੈ ਕਿ ਅਸੀਂ ਮਜ਼ਦੂਰਾਂ ਨਾਲ ਬਹੁਤ ਉਹ ਕਰਦੇ ਹਾਂ, ਅਸੀਂ ਉਹਨਾਂ ਨੂੰ ਬਹੁਤ ਕੁਝ ਦੇਣਾ ਚਾਹੁੰਦੇ ਹਾਂ। ਸਿਰਫ ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਉਹਨਾਂ ਦੀ ਸੋਚ ਹੈ। ਉਹ ਚਾਹੁੰਦੇ ਨੇ ਕਿ ਮਜ਼ਦੂਰ ਵਰਗ ਕਿਸਾਨ ਦਾ ਸਮਰਥਨ ਨਾ ਕਰੇ, ਕਿਉਂਕਿ ਸਾਨੂੰ ਪਤਾ ਮੋਦੀ ਸਾਹਿਬ, ਜਦੋਂ ਤੁਸੀਂ ਨੋਟਬੰਦੀ ਕੀਤੀ ਹੈ, ਸਾਡੇ ਮਜ਼ਦੂਰ ਕਿਵੇਂ ਭੁੱਖੇ ਮਰੇ ਨੇ। ਉਹਨਾਂ ਕੋਲ ਖਾਣ ਨੂੰ ਕੋਈ ਪੈਸਾ ਨਹੀਂ ਸੀ, ਸੌਦਾ ਲੈਣ ਤੋਂ ਮੁਹਤਾਜ ਰਹੇ ਨੇ। ਅੱਜ ਤੁਸੀਂ ਮਜ਼ਦੂਰਾਂ ਦੇ ਹਮਦਰਦੀ ਪ੍ਰਗਟ ਨਾ ਕਰੋ। ਸਾਨੂੰ ਪਤਾ ਤੁਸੀਂ ਕਿਵੇਂ ਮਜ਼ਦੂਰਾਂ ਨੂੰ ਮਾਰਿਆ, ਲੋਕਡਾਊਨ ਕੀਤਾ, ਕਿਵੇਂ ਭੁੱਖੇ ਰਹੇ ਨੇ, ਟ੍ਰੇਨਾਂ ਥੱਲੇ ਮਰੇ ਨੇ। ਤੁਹਾਡੇ ਕੋਲ ਤਾਂ ਇਹ ਵੀ ਨਹੀਂ ਹੋਇਆ ਕਿ ਅਸੀਂ ਇਹਨਾਂ ਨੂੰ ਘਰ ਤੱਕ ਪਹੁੰਚਾ ਦਈਏ, ਇਹਨਾਂ ਨੂੰ ਕੋਈ ਸਾਧਨ ਦੇ ਦਈਏ। ਤੁਰ ਤੁਰ ਕੇ ਸਾਡਾ ਦੇਸ਼ ਦਾ ਮਜ਼ਦੂਰ ਕਿਵੇਂ ਮਰਿਆ, ਕਿਵੇਂ ਭੁੱਖਾ ਰਿਹਾ। ਅੱਜ ਮੋਦੀ ਸਾਹਿਬ ਬੜੀ ਹਮਦਰਦੀ ਪ੍ਰਗਟਾ ਰਹੇ ਨੇ ਕਿ ਮੈਂ ਮਜ਼ਦੂਰਾਂ ਦਾ ਬੜਾ ਹਮਦਰਦ ਹਾਂ, ਉਹਨਾਂ ਨੂੰ ਬਹੁਤ ਕੁਝ ਦੇਣਾ ਚਾਹੁੰਦਾ। ਸਿਰਫ ਉਹਨਾਂ ਦੀ ਸਾਜ਼ਿਸ਼ ਹੈ ਕਿ ਕਿਸਾਨ ਅੰਦੋਲਨ ਦਾ ਸਮਰਥਨ ਨਾ ਕਰਨ। ਅਸੀਂ ਮੋਦੀ ਸਾਹਿਬ ਤੈਨੂੰ ਸਮਝਦੇ ਹਾਂ, ਤੂੰ ਸਾਨੂੰ ਬੇਵਕੂ ਬਣਾ ਰਹੇ ਹੈ, ਪਰ ਜੋ ਕਿਸਾਨ ਹੈ ਉਹ ਸਾਡਾ ਭਰਾ ਹੈ, ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਤੁਸੀਂ ਲੱਖ ਕੋਸ਼ਿਸ਼ ਕਰ ਲਓ, ਅਸੀਂ ਇਹਨਾਂ ਪਿੱਛੇ ਹਟਣ ਵਾਲੇ ਨਹੀਂ, ਕਿਉਂਕਿ ਸਾਨੂੰ ਵੀ ਪਤਾ ਤੁਸੀਂ ਇਸ ਦੇਸ਼ ਦਾ ਸੰਵਿਧਾਨ ਬਦਲਣ ਲੱਗੇ ਹੋ। ਸੰਵਿਧਾਨ ਬਦਲ ਗਿਆ, ਹਰ ਕੌਮ ਖਤਮ ਕਰ ਦੇਣੀ ਹੈ, ਹਰ ਕੋਈ ਧਰਮ ਖਤਮ ਕਰ ਦੇਣੇ ਨੇ, ਇਹਨਾਂ ਨੇ ਸਿਰਫ ਗੁਲਾਮ ਬਣਾ ਕੇ ਰੱਖਣਾ। ਹੁਣ ਇਹ ਦੇਸ਼ ਗੁਲਾਮ ਰਹਿਣ ਵਾਲਾ ਨਹੀਂ, ਚਾਹੇ ਉਹ ਕਿਸਾਨ ਹੈ, ਚਾਹੇ ਮਜ਼ਦੂਰ ਹੈ। ਪਿੱਛੇ ਸਾਡੇ ਬਜ਼ੁਰਗਾਂ ਨੇ ਕਿਵੇਂ ਗੁਲਾਮੀ ਕੱਟੀ ਹੈ, ਪਰ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਮੋਦੀ ਸਾਹਿਬ ਨੂੰ ਇਹ ਅਪੀਲ ਵੀ ਆ ਕਿ ਮੋਦੀ ਸਾਹਿਬ, ਇਹ ਦੇਸ਼ ਬਹੁਤ ਗਲਤ ਦਿਸ਼ਾ ਵੱਲ ਜਾ ਰਿਹਾ ਹੈ, ਤੁਸੀਂ ਇਸ 'ਤੇ ਗੌਰ ਕਰੋ। ਅਗਰ ਇਹ ਕਾਨੂੰਨ ਵਾਪਸ ਨਾ ਲਏ ਤਾਂ ਇਹ ਬਹੁਤ ਬੇਨਤੀ ਕਰਦਾ ਕਿ ਜੋ ਬਾਬਾ ਸਾਹਿਬ ਅੰਬੇਡਕਰ ਦਾ ਸੁਪਨਾ ਸੀ ਕਿ ਅਸੀਂ ਪਾਰਲੀਮੈਂਟ ਜਾਣਾ, ਅੱਜ ਸਾਡਾ ਮਜ਼ਦੂਰ ਕਿਸਾਨ ਉਸ ਗੱਲ ਤੋਂ ਬਹੁਤ ਪਿੱਛੇ ਹੈ। ਜਿੱਦਣ ਅਸੀਂ ਪਾਰਲੀਮੈਂਟ ਵੱਲ ਤੁਰ ਲਏ, ਇਸ ਦੇਸ਼ ਤੋਂ ਸਾਰਾ ਕੁਝ, ਸਾਰੀ ਗਰੀਬੀ, ਲਾਚਾਰੀ, ਭੁੱਖਮਰੀ ਖਤਮ ਹੋ ਜਾਣੀ ਹੈ। ਸੋ ਉਸ ਵੱਲ ਵੀ ਅਸੀਂ ਧਿਆਨ ਦਈਏ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ।